ਨਾਨਕ ਦੁਖੀਆਂ ਦੇ ਨਾਥ ਵੇਰ ਗੇ ਸਰ ਪੇ ਮੇਰੇ ਤੇਰਾ ਹੱਥ ਵੇ ਬਾਬਾ ਨਾਨਕ ਦੁਖੀਆਂ ਦੇ ਨਾਥ ਵੇਰ ਗੇ ਸਰ ਪੇ ਮੇਰੇ ਸੁਰਸਾਗਰ ਦੀ ਸਾਰੀ ਟੀਮ ਵੱਲੋਂ ਸਾਡੇ ਸਾਰੇ ਰੱਬ ਵਰਗੇ ਸੋਹਤਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਤੁਹਾਡੀ ਕਚਹਿਰੀ ਦੇ ਵਿੱਚ ਫਿਰ ਅਸੀਂ ਹਾਜ਼ਰ ਹੋਏ ਹਾਂ ਜੀ, ਹਰ ਵੀਕ ਦੀ ਤਰ੍ਹਾਂ। ਅਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਤੰਦਰੁਸਤ ਹੋਵੋਗੇ, ਖੁਸ਼ ਹੋਵੋਗੇ। ਅਤੇ ਮੇਰੇ ਨਾਲ ਦੀਪ ਸਾਹਿਬ ਗਰੇਵਾਲ ਬੰਬੇ ਤੋਂ, ਲੈਜੈਂਟ ਐਕਟਰ, ਸਾਡੇ ਰਿਸਪੈਕਟੇਬਲ ਇਨਸਾਨ, ਅਸੀਂ ਫਿਰ ਉਹਨਾਂ ਦੇ ਨਾਲ ਬੈਠੇ ਹਾਂ ਜੀ। ਸਾਡੀ ਤਾਂ ਹਮੇਸ਼ਾ ਤੁਹਾਨੂੰ ਪਤਾ ਹੀ ਆ ਵੀ ਛੋਟੀ ਜਿਹੀ ਦੋਸਤੀ ਆ, ਪਰ ਹੈ, ਤੁਹਾਨੂੰ ਪਤਾ ਹੀ ਆ, ਹਰ ਜਦੋਂ ਹਰੇਕ ਵੀਕ ਅਸੀਂ ਮਿਲਦੇ ਹਾਂ ਥੋੜ੍ਹੀ ਜਿਹੀ ਹੋਰ ਗੂੜ੍ਹੀ ਹੋ ਜਾਂਦੀ ਆ, ਤੁਹਾਡੇ ਨਾਲ ਰੂਬਰੂ ਹੋ ਜਾਈਦਾ ਜੀ। ਅਤੇ ਦੀਪ ਸਾਹਿਬ ਜੀ, ਆਓ ਦਰਸ਼ਕਾਂ ਦੇ ਰੂਬਰੂ ਜੀ। ਸਰ ਜੀ, ਕੈਨੇਡਾ ਦੇ ਵਿੱਚ ਜਿੰਨੇ ਵੀ ਮੇਰੇ ਭੈਣ ਭਰਾ ਰਹਿੰਦੇ ਆ, ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ, ਦੀਪ ਨਿਮਾਣੀ ਜੈ ਜੀ। ਬੋਬੀ ਸਾਹਿਬ, ਪਿਆਰ ਤਾਂ ਜਿੰਨਾ ਆਪਾਂ ਵਧਾਵਾਂਗੇ ਉਨਾ ਹੀ ਚੰਗਾ ਆ। ਮੈਂ ਹਰ ਵਾਰ ਆਪਣੇ ਭੈਣਾਂ ਭਰਾਵਾਂ ਨੂੰ, ਸਾਰਿਆਂ ਨੂੰ ਕਹਿੰਦਾ, ਪਿਆਰ ਤੋਂ ਵੱਡੀ ਚੀਜ਼ ਦੁਨੀਆਂ ਦੇ ਵਿੱਚ ਕੋਈ ਨਹੀਂ ਹੈ, ਕੁਛ ਨਹੀਂ। ਮਤਲਬ ਮੈਂ ਤੁਹਾਨੂੰ ਇੱਕ, ਪਹਿਲੇ ਤਾਂ ਵਿਨੋਦ ਜੀ ਦੀ ਇੱਕ ਕਹਾਣੀ ਸੁਣਾਊਂਗਾ, ਵਿਨੋਦ ਖੰਨਾ ਜੀ ਦੀ, ਠੀਕ ਹੈ ਜੀ। ਅਤੇ ਬਾਅਦ ਦੇ ਵਿੱਚ ਇੱਕ ਪਿੰਡਾਂ ਦੀ ਕਹਾਣੀ ਆ, ਉਹ ਤੁਹਾਨੂੰ ਸੁਣਾਊਂਗਾ। ਕਹਾਣੀ ਨਹੀਂ, ਮਤਲਬ ਸੱਚਾਈ ਹੈ ਜੋ ਹੋ ਚੁੱਕਾ ਸੀ। ਮੈਂ ਵੀ ਉਦੋਂ ਛੋਟਾ ਜਿਹਾ ਸੀਗਾ, ਠੀਕ ਹੈ ਜੀ, ਅਤੇ ਉਹ ਮੈਂ ਸੁਣਾਊਂਗਾ। ਬਿਲਕੁਲ, ਵਿਨੋਦ ਖੰਨਾ ਸਾਹਿਬ ਜੀ ਦੀ ਗੱਲ ਕਰਨੀ ਬਣਦੀ ਹੈ ਦੀਪ ਸਾਹਿਬ, ਆਪਾਂ ਕਦੇ ਬਹੁਤ ਚਿਰ ਹੋ ਗਿਆ ਬਈ ਵਿਨੋਦ ਖੰਨਾ ਸਾਹਿਬ ਨੂੰ ਕਿਸੇ ਨੇ ਕਦੇ, ਬਹੁਤਾ ਐਡਾ ਚਿਰ ਹੋ ਗਿਆ ਜੀ। ਅਤੇ ਉਹ ਤਾਂ ਬਹੁਤ ਵਧੀਆ ਐਕਟਰ ਵੀ ਅਤੇ ਇਨਸਾਨ ਵੀ, ਕਹਿੰਦੇ ਬਹੁਤ ਵਧੀਆ ਸੀਗੇ ਜੀ। ਬੋਬੀ ਸਾਹਿਬ ਉਹ ਪੋਲੀਟੀਸ਼ੀਅਨ ਦੇ ਵਿੱਚ ਵੀ ਸੀਗੇ, ਹਾਂਜੀ, ਔਰ ਉਸ ਤੋਂ ਬਾਅਦ ਫਿਲਮਾਂ ਦੇ ਵਿੱਚ ਵੀ ਕਾਫੀ ਨਾਂ ਕਮਾਇਆ, ਹਾਂਜੀ, ਹਾਂਜੀ। ਅਤੇ ਉਹਨਾਂ ਦੇ ਸਾਹਿਬਜ਼ਾਦੇ ਹੈਗੇ ਹੀ ਹੈਗੇ ਆ ਜੇ, ਅਤੇ ਉਹ ਵੀ ਚੰਗੇ ਸੀਗੇ। ਮਤਲਬ ਇੱਥੇ ਤੱਕ ਨਾਂ ਕਮਾਉਣਾ ਹਰ ਬੰਦੇ ਦੇ, ਹਰ ਐਕਟਰ ਦੇ ਬਸ ਦੀ ਗੱਲ ਨਹੀਂ ਹੈ ਜੀ। ਅਤੇ ਉਹ ਇੱਕ ਵਾਰੀ ਆਪਣੇ ਰਜਨੀਸ਼, ਆਪਣੇ ਜਿਹੜੇ ਸੀਗੇ ਸਾਹਿਬ, ਹਾਂਜੀ ਹਾਂਜੀ, ਉਹਨਾਂ ਦੇ ਨਾਲ ਮਿਕਸਅਪ ਹੋ ਗਏ ਸੀਗੇ। ਹਾਂ, ਸੁਣਿਆ ਸੀ ਜੀ, ਅਮਰੀਕਾ ਦੇ ਵਿੱਚ ਜਦੋਂ ਇਹਨਾਂ ਦੇ ਕਾਫੀ ਉਹ ਹੁੰਦੇ ਸੀ। ਹਾਂ ਹਾਂਜੀ ਹਾਂਜੀ, ਪ੍ਰੋਗਰਾਮ ਵਗੈਰਾ, ਹਾਂਜੀ। ਅਤੇ ਵਿਨੋਦ ਖੰਨਾ ਸਾਹਿਬ ਉਹਨਾਂ ਦੀ ਪਹਿਲੀ ਕਤਾਰ ਦੇ ਵਿੱਚ ਹੁੰਦੇ ਸੀ, ਮੈਨੂੰ ਲੱਗਦਾ। ਮੈਂ ਕਹਿੰਦਾ ਕਿ ਉਹ ਜਿਹੜੀਆਂ ਗੱਲਾਂ ਅੱਜ ਵੀ ਮੇਰੇ ਅੱਖਾਂ ਦੇ ਸਾਹਮਣੇ ਘੁੰਮਦੀਆਂ, ਹਾਂਜੀ ਹਾਂਜੀ, ਉਹ ਫਿਲਮ ਸਥਾਨ ਦੇ ਅੰਦਰ ਇੱਕ ਸੈੱਟ ਲਗਾਇਆ ਸੀ। ਅੱਛਾ ਜੀ। ਔਰ ਉਹ ਜਿਸ ਫਿਲਮ ਦਾ ਸੈੱਟ ਸੀਗਾ, ਉਹਦੇ ਵਿੱਚ ਵਿਨੋਦ ਖੰਨਾ ਹੀਰੋ ਸੀਗਾ। ਅੱਛਾ ਜੀ। ਔਰ ਸੈੱਟ ਲਗਾਇਆ ਸੀ ਅਮੈਰੀਕਾ ਦਾ, ਠੀਕ ਹੈ, ਮਤਲਬ ਅਮੈਰੀਕਾ ਦਾ ਸੈੱਟ ਬਣਾਉਣਾ ਕੋਈ ਖੇਲਾ ਨਹੀਂ ਹੈ। ਅੰਦਰ ਆਰਟ ਡਾਇਰੈਕਟਰ ਪਤਾ ਨਹੀਂ ਕਿੰਨਾ ਚਿਰ ਲੱਗੇ ਰਹੇ ਹੋਣਗੇ, ਵਰਕਰ ਕਿੰਨੇ, ਸੈਂਕੜੇ ਸੈਂਕੜੇ ਵਰਕਰ ਹੁੰਦੇ ਆ, ਅਤੇ ਤਾਂ ਉਹ ਸੈੱਟ ਜਿਹੜਾ ਆਪਣਾ ਕੰਪਲੀਟ ਹੁੰਦਾ, ਹਾਲੀਵੁੱਡ ਸਟਾਈਲ ਜਿਹੜੀ ਸੀਗਾ। ਹਾਂਜੀ ਹਾਂਜੀ ਹਾਂਜੀ। ਅਤੇ ਉਸ ਤੋਂ ਬਾਅਦ ਉਹ 6 ਮਹੀਨੇ ਬੰਦ ਰਿਹਾ, ਸ਼ੂਟਿੰਗ ਨਹੀਂ ਹੋਈ। ਅੱਛਾ ਜੀ, ਉਹ ਸੈੱਟ ਜੀ। ਹਾਂ, ਉਹ ਪ੍ਰੋਡਿਊਸਰ, ਉਹਨੂੰ ਜਿਹੜੇ ਸਟੂਡੀਓ ਵਾਲੇ ਸੀਗੇ, ਉਹ ਕਹਿੰਦੇ ਵੀ ਕਿਆ ਕਰਨਾ ਹੈ, ਵੀ ਉਹ ਵਿਨੋਦ ਜੀ ਤੋਂ ਆ ਨਹੀਂ ਰਹੇ, ਉਹ ਤੋਂ ਰਜਨੀਸ਼ ਕੇ ਡੇਰੇ ਮੇ ਉਹ ਹੋ ਗਏ, ਤੋ ਤੋੜਦੇ ਇਸਕੋ। ਉਹ ਕਹਿੰਦਾ ਨਹੀਂ, ਮੈਂ ਔਰ ਥੋੜ੍ਹੀ ਵੇਟ ਕਰੋ। ਅੱਛਾ ਜੀ। ਮਤਲਬ ਕਰਦੇ ਕਰਦੇ 6 ਮਹੀਨੇ ਹੋ ਗਏ। ਵਾਹ ਜੀ ਵਾਹ, ਇਹਨਾਂ ਦੀ ਇੰਤਜ਼ਾਰ ਕਰਦੇ ਜੀ, ਇਹਨਾਂ ਦੀ ਇੰਤਜ਼ਾਰ ਕਰਦੇ ਹਾਂ। ਪਰ ਕਿਸਮਤ ਉਹਨਾਂ ਦੀ ਚੰਗੀ ਕਿ 6 ਮਹੀਨੇ ਬਾਅਦ ਵਿਨੋਦ ਜੀ ਆ ਗਏ। ਵਾਹ ਜੀ। ਦੇਖੋ ਸੀ, ਪ੍ਰੋਡਿਊਸਰ ਡਾਇਰੈਕਟਰ ਵੀ ਦੇਖੋ ਕਿੰਨੇ ਇੱਦਾਂ ਹੈ, ਉਹਦਾ ਸਦਕਾ ਦੇਖੋ। ਹਾਂ, ਸਦਕਾ ਦ੍ਰਿੜ ਕਿੰਨੇ ਸੀਗੇ ਵੀ ਹੈ, ਇੱਕ ਦਿਨ ਦਾ ਸਟੂਡੀਓ ਦਾ ਕਿੰਨਾ ਭਾੜਾ ਹੁੰਦਾ, ਉਸ ਇੱਕ ਸ਼ਿਫਟ ਦਾ ਕਿੰਨਾ ਹੁੰਦਾ। ਉਸ ਬੰਦੇ ਨੇ 6 ਮਹੀਨੇ ਦਾ ਖਾਲੀ ਸ਼ੂਟਿੰਗ ਤੋਂ ਬਗੈਰ, ਮਤਲਬ ਕਿਰਾਇਆ ਭਰਿਆ ਜੀ, ਇੰਨਾ ਕਿਰਾਇਆ ਭਰਿਆ, ਮਤਲਬ ਸਦਕੇ ਜਾਵਾਂ ਉਸ ਬੰਦੇ ਦੇ। ਅਤੇ ਉਸ ਤੋਂ ਬਾਅਦ ਵਿਨੋਦ ਜੀ ਆ ਗਏ। ਅੱਛਾ ਜੀ। ਵਿਨੋਦ ਜੀ ਆ ਗਏ, ਦੇਖੋ ਜਿਹੜੇ ਵਰਕਰ ਸੀਗੇ, ਜਿਹੜੀਆਂ ਲੜਕੀਆਂ ਜੂਨੀਅਰ ਆਰਟਿਸਟ ਸੀਗੀਆਂ,
ਉਹ ਕਰਦੀਆਂ ਵਿਨੋਦ ਸਾਹਿਬ ਵਿਨੋਦ ਸਾਹਿਬ ਵਿਨੋਦ ਸਾਹਿਬ ਅਤੇ ਇੱਕ ਸਵੀਨਾ ਕਰਕੇ ਸੀ ਜਿਹੜੀ ਥੋੜ੍ਹੀ ਜਿਹੀ ਲੀਡਰ ਸੀਗੀ ਆਪਣੇ ਜੂਨੀਅਰ ਆਰਟਿਸਟ ਕੁੜੀਆਂ ਦੀ। ਅੱਛਾ ਜੀ। ਅਤੇ ਉਹ ਵੀ ਉੱਥੇ ਉਸ ਦਿਨ ਸ਼ੂਟਿੰਗ ਸ਼ੁਰੂ ਹੋ ਗਈ, ਮੈਂ ਵੀ ਉੱਥੇ ਹੀ ਸੀਗਾ। ਅੱਛਾ ਜੀ। ਮੈਂ ਵੀ ਪਹਿਲੇ ਜੂਨੀਅਰ ਆਰਟਿਸਟਾਂ ਦੇ ਵਿੱਚ ਕੰਮ ਕੀਤਾ ਅਤੇ ਮੈਂ ਵੀ ਉੱਥੇ ਸੀਗਾ। ਅੱਛਾ ਜੀ। ਅਤੇ ਜਿਸ ਟਾਈਮ ਕਹਿਣ ਲੱਗੇ ਚਲੋ ਬਈ ਸਾਰੇ ਅੰਦਰ ਸ਼ਾਰਟ ਰੈਡੀ ਹੈ। ਹਾਂਜੀ। ਅਤੇ ਵਿਨੋਦ ਜੀ ਨਾ ਸਟੂਲ ਸੀਗਾ ਐਵੇਂ ਹੀ ਆਰਡਨਰੀ ਜਿਹਾ ਸਟੂਲ ਨਹੀਂ ਹੁੰਦਾ। ਹਾਂਜੀ। ਉਹਦੇ ਉੱਤੇ ਬੈਠੇ ਹੋ ਸੀਗੇ ਅਤੇ ਸਵੀਨਾ ਦੀ ਅੰਦਰ ਐਂਟਰੀ ਹੋਈ। ਵਿਨੋਦ ਮਤਲਬ ਵਿਨੋਦ ਜੀ ਨੇ, ਵਿਨੋਦ ਸਾਹਿਬ ਨਹੀਂ, ਕਹਿੰਦੀ ਵਿਨੋਦ ਸੁਬਹਾ ਕਾ ਭੂਲਾ ਅਗਰ ਸ਼ਾਮ ਕੋ ਘਰ ਆਇਆ ਤੋ ਕੋਈ ਬਾਤ ਨਹੀਂ, ਉਹਨੂੰ ਭੁੱਲੇ। ਹਾਂ, ਉਸੇ ਭੂਲਾ ਨਹੀਂ ਕਹਤੇ। ਅੱਛਾ ਅੱਛਾ, ਹੂ ਆ ਗਏ ਆਪ, ਲੇਕਿਨ ਵਿਨੋਦ ਆਪ ਪਹਿਲੇ ਸੇ ਕਮਜ਼ੋਰ ਹੋ ਗਏ ਔਰ ਬਾਕੀ ਬਹੁਤ ਪਤਲਾ ਹੋ ਗਿਆ ਸੀਗਾ। ਅੱਛਾ ਜੀ। ਹਾਂ, ਮੈਂ ਵੀ ਉਸ ਫਿਲਮ 'ਚ ਕੰਮ ਕੀਤਾ, ਹੁਣ ਮੈਨੂੰ ਉਹ ਫਿਲਮ ਦਾ ਨਾਂ ਨਹੀਂ ਯਾਦ, ਨਹੀਂ ਤਾਂ ਮੈਂ ਉਹੋ ਹੀ ਸੀਨ ਦਿਖਾਉਂਦਾ ਮੈਂ ਤੁਹਾਨੂੰ। ਅੱਛਾ ਜੀ। ਅਤੇ ਉਹ ਵਿਨੋਦ ਜੀ ਉਸ ਟਾਈਮ ਬੌਬੀ ਸਾਹਿਬ ਇੱਦਾਂ ਨਹੀਂ ਲੱਗਦਾ ਸੀਗਾ ਕਿ ਵਿਨੋਦ ਜੀ ਆ, ਇੰਨੀ ਚੇਂਜ ਆ ਗਈ ਸੀਗੀ ਕਿ ਉਹ ਬੰਦਾ ਸੀਰੀਅਸ ਹੋ ਕੇ ਬੈਠਾ ਆ, ਇੱਕ ਕਿਸਮ ਦਾ ਬ੍ਰੇਨ ਵਾਸ਼ ਹੋ ਗਿਆ ਜੀ ਪੂਰਾ ਕਰ, ਸਾਰਾ ਫੈਕਟਰੀ ਉਹ ਡੇਰੇ ਦਾ ਯਾਰ। ਉਹ ਸਿਰਫ ਦੇਖਣ ਨੂੰ ਵਿਨੋਦ ਖੰਨਾ ਸੀ, ਉਹਦੀ ਝਾਕਣੀ, ਉਹਦੀ ਗੱਲਬਾਤ, ਹਾਂਜੀ, ਉਹਦੀ ਜਿਹੜੀ ਆਵਾਜ਼ ਸੀਗੀ ਉਹ ਸਾਰਾ ਕੁਝ ਬਦਲ ਗਿਆ, ਸਾਰਾ ਕੁਝ ਸੌਂ ਗਿਆ ਯਾਰ, ਅੰਦਰੋਂ ਆਵਾਜ਼ ਹੀ ਨਹੀਂ ਨਿਕਲਦੀ ਸੀਗੀ। ਐਕਟਰ ਰਿਹਾ ਹੀ ਨਹੀਂ ਉਹ, ਨਾ ਨਾ, ਉਹ ਤਾਂ ਐਂ ਲੱਗਦਾ ਸੀ ਪਿੰਡ ਦਾ ਮੁੰਡਾ ਕੋਈ, ਵਿਨੋਦ ਖੰਨੇ ਦਾ ਕੋਈ ਨਵਾਂ ਆਇਆ ਕੋਈ ਇੱਦਾਂ ਸੀਗਾ। ਅਤੇ ਫਿਰ ਆਸਤੇ ਆਸਤੇ ਮਤਲਬ ਜਿੱਦਾਂ ਵੀ ਹੈਗਾ ਆ, ਫਿਰ ਬਾਅਦ ਦੇ ਵਿੱਚ ਚਾਲੂ ਹੋ ਗਿਆ, ਜਿਉਂ ਜਿਉਂ ਫਿਲਮ ਲਾਈਨ ਦੇ ਵਿੱਚ ਕੰਮ ਕੀਤਾ ਦਿਨ ਬੀਤਦੇ ਗਏ। ਜਿਸ ਤਰ੍ਹਾਂ ਨਾ ਬੌਬੀ ਸਾਹਿਬ, ਮੈਂ ਕਈ ਵਾਰੀ ਦੇਖਿਆ, ਮੈਂ ਵੀ ਬਿਮਾਰ ਹੋ ਕੇ ਦੇਖਿਆ। ਅੱਛਾ ਜੀ। ਜਿੰਨਾ ਬੰਦਾ, ਹਰ ਬੰਦਾ ਜਿਸ ਟਾਈਮ ਬਿਮਾਰ ਹੁੰਦਾ ਨਾ, ਉਸ ਟਾਈਮ ਉਹ ਪਤਾ ਕੀ ਕਹਿੰਦਾ, ਹੇ ਰੱਬਾ ਮੈਨੂੰ ਇੱਕ ਵਾਰੀ ਬਚਾ ਲਾ ਤੂੰ ਮੈਨੂੰ, ਮੈਂ ਕਦੇ ਵੀ ਇਹੋ ਜਿਹਾ ਕੰਮ ਨਹੀਂ ਕਰੂੰਗਾ ਜਿਹੜਾ ਤੇਰੇ ਖਿਲਾਫ਼ ਹੋਊਗਾ, ਜੋ ਕੁਛ ਵੀ ਹੈ, ਜਾਂ ਕਿਸੇ ਨੂੰ ਤੰਗ ਨਹੀਂ ਕਰੂੰ, ਕਿਸੇ ਨੂੰ ਬੁਰੀ ਗੱਲ ਨਹੀਂ ਕਹੂੰ, ਕਿਸੇ ਨੂੰ ਕੁਛ ਨਹੀਂ। ਕੁਦਰਤੀ ਗੱਲ ਆ ਬੌਬੀ ਸਾਹਿਬ। ਅੱਛਾ ਜੀ। ਜਿਸ ਟਾਈਮ ਬੰਦੇ ਦੀ ਬਿਮਾਰੀ ਦੂਰ ਹੋ ਜਾਂਦੀ ਆ, ਕਮਜ਼ੋਰੀ ਜਿਹੜੀ ਆ ਆਸਤੇ ਆਸਤੇ ਦੂਰ ਹੋਣੀ ਲੱਗਦੀ ਆ, ਬਲੱਡ ਜਿਹੜਾ ਨਸਾਂ ਦੇ ਵਿੱਚ ਉਸੇ ਤਰ੍ਹਾਂ ਫਿਰ ਚਾਲੂ ਹੋ ਜਾਂਦਾ, ਖੂਨ ਗਰਮ ਹੋਣਾ ਸ਼ੁਰੂ ਹੋ ਜਾਂਦਾ। ਹਾਂਜੀ ਹਾਂਜੀ। ਇਨਸਾਨ ਇੰਨਾ ਸ਼ੈਤਾਨ, ਇੰਨਾ ਬੇਵਕੂਫ ਆ, ਫਿਰ ਉਹਨਾਂ ਹੀ ਹਰਕਤਾਂ ਦੇ ਉੱਤੇ ਉੱਤਰ ਆਉਂਦਾ, ਫਿਰ ਉਹ ਹਾੜੇ ਕੱਢੇ ਭੁੱਲ ਜਾਂਦਾ ਜੀ। ਹਾਂਜੀ, ਭੁੱਲ ਜਾਂਦਾ। ਮਤਲਬ ਇਹ ਚੀਜ਼ ਮੈਂ ਦੇਖੀ ਆ, ਤੁਸੀਂ ਦੱਸਦੇ ਸੱਚਾਈ ਹੋਈ ਹੈ ਜੀ। ਮੈਂ ਵੈਸੇ ਹੁੰਦਾ ਹੀ ਆਮ ਬੌਬੀ ਸਾਹਿਬ, ਮੈਂ ਤਾਂ ਮੇਰੀ ਕਿਸਮਤ ਚੰਗੀ ਆ ਕਿ ਮੈਨੂੰ ਬੌਬੀ ਸ਼ਰਮਾ ਵਰਗਾ ਦੋਸਤ ਮਿਲਿਆ, ਜਿਹਦੇ ਕੋਲ ਮੈਂ ਟੀਵੀ ਦੇ ਥਰੂ ਇਸ ਟੀਵੀ ਨੂੰ ਮੈਂ ਸਲਾਮ ਕਰਦਾ, ਜਿੱਥੇ ਬੜਬੜੀਆਂ ਹਸਤੀਆਂ ਆ ਕੇ ਬੋਲ ਕੇ ਜਾਂਦੀ ਆ। ਇੱਥੇ ਪੰਨੂ ਸਾਹਿਬ ਨੇ ਮੈਨੂੰ ਵੀ ਮੌਕਾ ਦਿੱਤਾ, ਆਪਾਂ ਨੂੰ ਮੌਕਾ ਦਿੱਤਾ। ਤੁਸੀਂ ਤਾਂ ਲਫ਼ਜ਼ ਬੋਲਤੇ ਏਡੇ ਵੱਡੇ, ਪਰ ਸਾਡੇ ਅਸੀਂ ਤਾਂ ਇੰਨਾ ਬੋਲ ਵੀ ਨਹੀਂ ਸਕਦੇ, ਪਰ ਅਸੀਂ ਤੁਹਾਡੇ ਨਾਲ ਬੈਠੇ ਹਾਂ, ਸਾਨੂੰ ਵੈਸੇ ਹੀ ਬੜਾ ਆਨੰਦ ਆਉਂਦਾ ਜੀ ਜਦੋਂ ਗੱਲਾਂ ਇਹੋ ਜਿਹੀਆਂ ਸੱਚੀਆਂ ਦੱਸਦੇ ਤੁਸੀਂ ਡਿਲੀਵਰ ਕਰਦੇ। ਬਿਲਕੁਲ ਨਹੀਂ ਬੌਬੀ ਸਾਹਿਬ, ਮੈਂ ਜ਼ਿੰਦਗੀ ਦੇ ਤਜਰਬੇ, ਮੈਂ ਸਾਰੀ ਦੁਨੀਆ ਨੂੰ ਕਹਿੰਦਾ, ਕੈਨੇਡਾ ਜਿੰਨੇ ਵੱਸਦੇ ਆ, ਮੈਂ ਤੁਹਾਡੇ ਕਰਕੇ ਮੈਂ ਕੈਨੇਡਾ 'ਚ ਦੀਪ ਸਾਹਿਬ ਮੈਂ ਭੱਜ ਜਾਂਦਾ। ਮੈਂ ਵੀ ਸ਼ਾਇਦ ਚੈਨਲ 'ਤੇ ਨਾ ਆ ਕੇ ਬੈਠਦਾ, ਜੇ ਮੈਨੂੰ ਤੁਹਾਡੇ ਜੇ ਸਵਾਦ ਆ। ਹਾਂਜੀ, ਰੱਬੀ ਕੁਛ। ਹਾਂਜੀ ਹਾਂਜੀ ਹਾਂਜੀ, ਰੱਬੀ ਕੱਲ੍ਹ ਦਾ ਦਿਨ ਕਿਹੋ ਜਿਹਾ ਆਉਣਾ ਆਪਾਂ ਨਹੀਂ ਦੱਸ ਸਕਦੇ। ਹਾਂਜੀ ਹਾਂਜੀ, ਬਿਲਕੁਲ ਪਤਾ ਨਹੀਂ ਆਪਾਂ ਘਰ ਪਹੁੰਚਣਾ ਕਿ ਨਹੀਂ ਪਹੁੰਚਣਾ। ਇਨਸਾਨ ਫਿਰ ਵੀ ਸੁਧਰਦਾ ਨਹੀਂ ਹੈ। ਅੱਛਾ, ਇੱਕ ਪਿੰਡ ਸੀਗਾ ਰਾਪੁਰ ਬਲ। ਅੱਛਾ ਜੀ। ਰਾਪੁਰ ਅਲੱਗ ਆ, ਬਲ ਅਲੱਗ ਆ। ਅਤੇ ਕਿਹੜੇ ਕਿਹੜੇ ਡਿਸਟ੍ਰਿਕਟ 'ਚ ਆ? ਜਲੰਧਰ। ਅੱਛਾ, ਜਲੰਧਰ। ਹਾਂ। ਅੱਛਾ। ਅਤੇ ਮੈਂ ਲਾਗੇ ਹੀ ਮਤਲਬ ਸੀਗਾ ਉੱਥੇ, ਅਤੇ ਮੈਨੂੰ ਇਸ ਇਹਨਾਂ ਗੱਲਾਂ ਦਾ ਪਤਾ, ਮੈਂ ਛੋਟਾ ਜਿਹਾ ਸੀਗਾ ਉਦੋਂ, ਕੋਈ 10 ਸਾਲ ਦਾ ਸੀਗਾ, ਉਦੋਂ ਦੀ ਗੱਲ ਆ। ਅੱਛਾ ਜੀ। ਉੱਥੇ ਲੜਾਈ ਹੋ ਗਈ ਆਪਸ ਵਿੱਚ ਹੀ। ਅੱਛਾ। ਜਿੱਦਾਂ ਪੜੋਸੀ ਖਾਨਦਾਨ, ਜਿੱਦਾਂ ਆਪਣੇ ਜੱਟਾਂ ਜ਼ਮੀਨਦਾਰਾਂ ਦੀ ਲੜਾਈ ਹੋ ਜਾਂਦੀ ਆ, ਅਤੇ ਉਹਨਾਂ ਨੇ ਇੱਕ ਦੋ ਬੰਦੇ ਮਾਰ ਦਿੱਤੇ ਲੜਾਈ 'ਚ, ਝਗੜੇ 'ਚ ਮਰ ਗਏ, ਅਤੇ ਦੂਜਿਆਂ ਨੂੰ ਜਿਹੜਾ ਬਚਿਆ ਸੀਗਾ ਉਹਨੂੰ ਜੇਲ੍ਹ ਹੋ ਗਈ 20 ਸਾਲ ਦੀ, ਇੱਦਾਂ ਹੀ ਮਤਲਬ ਜੇਲ੍ਹ ਹੋ ਗਈ। ਹਾਂਜੀ ਹਾਂਜੀ। ਅਤੇ ਜਿਹੜੀ ਔਰਤ ਸੀਗੀ ਜਿਹਦਾ ਆਦਮੀ ਮਰਿਆ ਸੀਗਾ, ਉਹ ਕਹਿੰਦੀ ਮੈਂ ਮੂੰਹ 'ਤੇ ਹੱਥ ਫੇਰ ਕੇ ਕਹਿੰਦੀ ਹਾਂ, ਇਹ ਮੇਰਾ ਬੱਚਾ ਅੱਜ 4 ਸਾਲ ਦਾ ਆਇਆ, ਜਿਸ ਦਿਨ ਇਹ 20 ਸਾਲ ਦਾ ਹੋਇਆ ਇਹ ਬਦਲਾ ਲਊਗਾ। ਮਤਲਬ ਇੰਨਾ ਵੱਡਾ ਚੈਲੇਂਜ ਕੀਤਾ।
ਖੈਰ ਬੰਦਾ ਗੁੱਸੇ ਦੇ ਵਿੱਚ ਬਹੁਤ ਕੁਝ ਕਹਿ ਦਿੰਦਾ ਹਾਂਜੀ ਹਾਂਜੀ ਤੇ ਕਦੇ ਕਦੇ ਫਿਰ ਕੋਈ ਚੰਗੀ ਸੁਸਾਇਟੀ ਮਿਲ ਜਾਏ ਜਾਂ ਕੁਝ ਵੀ ਹੋ ਜਾਏ ਬੰਦਾ ਬਦਲ ਵੀ ਜਾਂਦਾ ਬਦਲ ਵੀ ਜਾਂਦਾ ਬਦਲ ਵੀ ਜਾਂਦਾ ਬਿਲਕੁਲ ਬਦਲ ਜਾਂਦਾ ਜੀ ਔਰ ਕਦੇ ਕਦੇ ਨਹੀਂ ਬਦਲਦਾ ਕੁਝ ਇਹੋ ਜਿਹੀਆਂ ਵੀ ਮਤਲਬ ਰੂਹਾਂ ਹੈਗੀਆਂ ਜਿਹੜੀਆਂ ਨਹੀਂ ਸੁਧਰਨਾ ਚਾਹੁੰਦੀਆਂ ਵੈਸੇ ਤੁਹਾਡੇ ਕਹਿਣ ਮੁਜਬ ਜਿਵੇਂ ਤੁਸੀਂ ਕਿਹਾ ਸੁਸਾਇਟੀ ਦਾ ਵੀ ਇਫੈਕਟ ਹੁੰਦਾ ਜੀ ਬਿਲਕੁਲ ਜਿਹੋ ਜਿਹੇ ਇਨਸਾਨ ਜਿਹੋ ਜਿਹੇ ਵਾਤਾਵਰਨ 'ਚ ਵਿਚਰਦਾ ਹੋ ਜਾਏ ਉਹਦੇ ਬਿਲਕੁਲ ਹੁੰਦਾ ਹੁਣ ਉਹ ਨਿਆਣਾ 5 ਸਾਲ ਦਾ ਹੋਇਆ ਲੈ ਵੀ ਹੁਣ ਤਾਂ ਇੰਨੇ ਸਾਲ ਰਹਿ ਗਏ 6 ਸਾਲ ਦਾ ਹੋਇਆ ਲੈ ਵੀ ਹੁਣ ਤਾਂ ਇੰਨੇ ਸਾਲ ਰਹਿ ਗਏ 10 ਸਾਲ ਦਾ ਹੋ ਗਿਆ ਲੈ ਵੀ ਹੁਣ ਤਾਂ 10 ਸਾਲ ਰਹਿ ਗਏ ਬੋਬੀ ਸਾਹਿਬ ਮੁੰਡਾ 20 ਸਾਲਾਂ ਦਾ ਹੋ ਗਿਆ ਅੱਛਾ ਜੀ 20 ਸਾਲਾਂ ਦਾ ਹੋ ਗਿਆ 20 ਦਾ ਹੋ ਗਿਆ ਉਹ 6 ਮਹੀਨੇ ਉੱਪਰ ਹੋਣਗੇ ਜਾਂ ਕੁਛ ਵੀ ਚਲੋ ਹਾਂਜੀ ਹਾਂਜੀ ਉਹਨੇ ਸਾਰਾ ਟੱਬਰ ਮਾਰ ਦਿੱਤਾ ਬਸ ਯਾਨੀ ਉਹਦੇ ਅੰਦਰ ਉਹ ਤੀਲੀ ਅੱਗ ਜਲਦੀ ਹੋ ਰੱਖੀ ਉਹਨਾਂ ਨੇ ਮਾਂ ਨੇ ਇਹੋ ਜਿਹਾ ਮੈਂ ਉਸ ਮਾਂ ਨੂੰ ਪੁੱਛਣਾ ਚਾਹੁੰਦਾ ਤੈਨੂੰ ਕੀ ਮਿਲਿਆ ਤੂੰ ਆਪਣਾ ਪੁੱਤ ਖੋਦਤਾ ਪਰਿਵਾਰ ਤੇਰਾ ਮਤਲਬ ਚੁੱਲ੍ਹੇ ਤੇਰੇ ਜਲ ਨੂੰ ਹਟ ਗਏ ਘਰ ਨੂੰ ਤੇਰੇ ਤਾਲਾ ਲੱਗ ਗਿਆ ਜੇਲ੍ਹਾਂ ਦੇ ਵਿੱਚ ਤੁਸੀਂ ਬੈਠੇ ਹਾਂ ਤੁਹਾਨੂੰ ਮਿਲਿਆ ਕੀ ਬਿਲਕੁਲ ਮੈਂ ਉਹੋ ਹੀ ਗੱਲ ਮੈਂ ਥੋੜ੍ਹੀ ਜਿਹੀ ਆਪਣੇ ਰਾਜਨੀਤੀ ਦੀ ਕਰਦਾ ਮੈਂ ਥੋੜ੍ਹੀ ਜਿਹੀ ਹਾਂਜੀ ਹਾਂਜੀ ਅੱਜ ਮੈਂ ਨਾ ਸਵੇਰੇ ਟੀ ਵੀ ਦੇਖ ਰਿਹਾ ਸੀਗਾ ਅੱਛਾ ਜੀ ਆਪਣੇ ਉੱਥੇ ਵਿਧਾਨ ਸਭਾ ਦੇ ਵਿੱਚ ਚੰਡੀਗੜ੍ਹ ਜੋ ਹਾਲ ਹੋ ਰਿਹਾ ਸੀਗਾ ਨਾ ਹਾਂਜੀ ਬੋਬੀ ਸਾਹਿਬ ਮੈਂ ਇਹ ਸੋਚ ਰਿਹਾ ਸੀਗਾ ਕਿ ਇਹ ਯਾਰ ਇਹ ਕੀ ਕਰ ਰਹੇ ਆ ਇਹ ਕੋਈ ਮੂਵੀ ਦੇਖ ਰਹੇ ਹਾਂ ਜਾਂ ਰਿਐਲਿਟੀ ਹੈ ਜੀ ਕਸਮ ਦੇ ਨਾਲ ਸੁਖਬੀਰ ਬਾਦਲ ਔਰ ਉਹ ਮਜੀਠੀਆ ਵੀ ਕੀ ਉਹਦਾ ਨਾਂ ਆ ਮਜੀਠੀਏ ਦਾ ਉਹਦਾ ਜਿਹੜਾ ਸਾਲਾ ਸਾਹਿਬ ਆ ਅੱਛਾ ਉਹ 5-7 ਹੋਰ ਬੰਦੇ ਉੱਥੇ ਬੈਠੇ ਸੀਗੇ ਔਰ ਸਿੱਧੂ ਸਾਹਿਬ ਸੀਗੇ ਕੈਪਟਨ ਸਾਹਿਬ ਸੀਗੇ ਆਮ ਪਾਰਟੀ ਦੇ ਬੰਦੇ ਸੀਗੇ ਅੱਛਾ ਜੀ ਅਰੇ ਯਾਰ ਇਹਨਾਂ ਨੂੰ ਜਿੱਦਾਂ ਭਜਾਇਆ ਬੇਇੱਜ਼ਤੀ ਕਰਕੇ ਵੱਡਾ ਹੰਗਾਮਾ ਹੋਇਆ ਜੀ ਮੈਂ ਕਹਿੰਦਾ ਯਾਰ ਮੈਂ ਕਹਿੰਦਾ ਬੋਬੀ ਸਾਹਿਬ ਯਾਰ ਇਹਨਾਂ ਦੀ ਅਜੇ ਭੁੱਖ ਨਹੀਂ ਮਿੱਟੀ ਤੁਸੀਂ ਅਗਰ ਮੁਲਕ ਨੂੰ ਨਹੀਂ ਬਚਾ ਸਕਦੇ ਤੇ ਕਾਹਦੇ ਲਈ ਯਾਰ ਤੁਸੀਂ ਇੱਦਾਂ ਕਰਦੇ ਆ ਬਿਲਕੁਲ ਅੱਛਾ ਇੱਕ ਗੱਲ ਮੈਂ ਹੋਰ ਕਰਦਾ ਹਾਂਜੀ ਸਿੱਧੂ ਸਾਹਿਬ ਗਏ ਸੀਗੇ ਪਾਕਿਸਤਾਨ ਉਹ ਇਮਰਾਨ ਸਾਹਿਬ ਇਕੱਠੇ ਮਤਲਬ ਇਹ ਖਲਵਾੜ ਸੀਗੇ ਹਾਂਜੀ ਤੇ ਪਿਆਰ ਮੁਹੱਬਤ ਹੁੰਦਾ ਬੰਦਾ ਚਲੇ ਜਾਂਦਾ ਜਾਂਦਾ ਜੇ ਕੋਈ ਚਲੇ ਪਿਆਰ ਨਾਲ ਸੱਦਦਾ ਜੀ ਬੋਬੀ ਸਾਹਿਬ ਇੱਕ ਛੋਟੀ ਜਿਹੀ ਬ੍ਰੇਕ ਛੋਟੀ ਜਿਹੀ ਬ੍ਰੇਕ ਲੈ ਲਈਏ ਅੱਛਾ ਜੀ ਟਾਈਮ ਤਾਂ ਪਤਾ ਹੀ ਨਹੀਂ ਲੱਗਦਾ ਭਰਾਵੋ ਬਸ ਛੋਟੀ ਜਿਹੀ ਬ੍ਰੇਕ ਥੈਂਕ ਯੂ